ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਵੀਰ ਜੀ, ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਨੀਲੀ ਰਾਵੀ ਦੀ ਇਹ ਮੱਝ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਦੋਸਤੋ, ਗੱਲ ਕਰਦੇ ਹਾਂ ਇਸ ਨੀਲੀ ਰਾਵੀ ਮੱਝ ਬਾਰੇ। ਇਸ ਵਾਰ ਜੀ ਇਹ ਚੌਥਾ ਸੂਆ ਸੂਈ ਹੈਗੀ ਆ, 9 ਤੋਂ 10 ਦਿਨ ਹੋ ਗਏ ਆ ਜੀ ਇਸ ਨੂੰ ਸੂਈ ਹੋਈ ਨੂੰ। ਦੁੱਧ ਦੀ ਗੱਲ ਕਰਦੇ ਹਾਂ ਜੀ, ਦੁੱਧ 14+ ਰੈਡੀ ਹੈਗਾ ਜੀ। ਕੋਈ ਵੀਰ ਵੀ ਤਸੱਲੀ ਕਰਨਾ ਚਾਹੁੰਦਾ ਹੋਵੇ, ਆਪਣੀ ਤਸੱਲੀ 2 ਡੰਗ ਚੁਆਈ ਕਰਕੇ ਟਾਈਮ ਟੂ ਟਾਈਮ ਜ਼ਰੂਰ ਵੇਖ ਲਵੇ। ਬਾਕੀ ਸਿੰਘ ਖੁੱਲ੍ਹਾ ਹੈ ਜੀ, ਝੋਟੀ ਦਾ ਕੱਦ ਘੱਟ ਪੂਰਾ ਹੈਗਾ, ਬੇਲ ਦੀ ਲੰਮੀ ਆ, ਚਾਰੇ ਪੈਰ ਨਿਸ਼ਾਨ ਵਜੋਂ ਪੂਰੇ ਹਨ ਜੀ। ਆਰਡਰ 'ਤੇ ਨਿਸ਼ਾਨ ਤੁਸੀਂ ਦੇਖ ਹੀ ਰਹੇ ਹੋ, ਥਣ ਕਾਫੀ ਵਿਰਲ ਦੇ ਵਿੱਚ ਲੱਗਾ ਹੈਗਾ ਹੈ ਜੀ। ਚੁਆਈ ਦੀ ਗੱਲ ਕਰੀਏ ਜੀ, ਮੋਟੀ ਤਾਰ ਹੈਗੀ ਹੈ ਚੌਵਾਂ ਥਣਾਂ ਦੇ ਵਿੱਚੋਂ, ਕਿਸੇ ਥਣ ਦੇ ਵਿੱਚੋਂ ਕੋਈ ਭੂਰ ਛੱਟਾ ਨਹੀਂ ਹੈਗਾ ਗਾ। ਸੋ ਬਰੀਕ ਚਮੜੀ ਦੇ ਵਿੱਚ ਇਹ ਮੱਝ ਹੈਗੀ ਹੈ ਜੀ, ਤਹਿਸੀਲ ਪੱਟੀ ਦੇ ਵਿੱਚ ਇਹ ਮੱਝ ਖੜ੍ਹੀ ਹੈ ਜੀ। ਸੋ ਪਿੱਛੋਂ ਬਾਰਡਰ ਏਰੀਏ ਖੇਮ ਕਰਨ ਵਾਲੀ ਸਾਈਡ ਤੋਂ ਇਹ ਲਿਆਂਦੀ ਗਈ ਹੈ ਜੀ। ਸੋ ਵੀਰ ਜੀ, ਨੀਲੀ ਰਾਵੀ ਦੀ ਮੱਝ ਅਕਸਰ ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਬਾਰਡਰ ਏਰੀਏ ਵਿੱਚ ਪਾਈ ਜਾਂਦੀ ਹੈ। ਸੋ ਦੋਸਤੋ, ਰੇਟ ਦੀ ਗੱਲ ਕਰੀਏ, 85,000 ਰੁਪਈਆ ਮੁੱਲ ਕਰਦੇ ਹਨ। ਬਾਕੀ ਮੌਕੇ 'ਤੇ ਮਾਨਤਾ ਜ਼ਰੂਰ ਕਰਾਂਗੇ ਜੀ, ਕੀਤਾ ਜਾਊਗਾ। ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੇ ਰਹੇ ਹਨ ਜੀ, 22 ਰਾਜ ਸਿੰਘ ਜੀ, ਨੰਬਰ ਉਹਨਾਂ ਦੇ ਇਸ ਤਰ੍ਹਾਂ ਹਨ। ਸੋ ਚਾਹਵਨ ਵੀਰ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਕੇ ਮੱਝ ਖਰੀਦ ਸਕਦਾ ਹੈ ਜੀ। ਸੋ ਵੀਡੀਓ ਵੇਖਣ ਲਈ ਤੁਹਾਡਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।